ਫਤਿਹਗੜ੍ਹ ਸਾਹਿਬ ਦੀ ਪੁਲਿਸ ਨੇ SSP ਅਲਕਾ ਮੀਨਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਮਾਜ ਵਿਰੋਧੀ ਅਨਸਰਾਂ ਖਿਲਾਫ਼ ਕਾਰਵਾਈ ਕਰਦੇ ਹੋਏ ਮਹਿਲਾਵਾਂ ਤੋਂ ਗਹਿਣੇ ਖੋਹਣ ਵਾਲੇ ਗਰੋਹ ਦੀਆਂ 4 ਔਰਤਾਂ ਨੂੰ ਕਾਬੂ ਕੀਤਾ ਹੈ। ਗੌਰਤਲਬ ਹੈ ਕਿ ਕਾਬੂ ਕੀਤੀਆਂ ਗਈਆਂ ਮਹਿਲਾਵਾਂ ਕੁਝ ਦਿਨ ਪਹਿਲਾਂ ਬੜੇ ਨਾਟਕੀ ਢੰਗ ਨਾਲ ਇੱਕ ਔਰਤ ਦੇ ਹੱਥ 'ਚੋਂ ਸੋਨੇ ਦੀ ਚੂੜੀ ਉਤਾਰ ਕੇ ਫਰਾਰ ਹੋ ਗਈਆਂ ਸਨ। ਕਾਬੂ ਕੀਤੀਆਂ ਗਈਆਂ ਮਹਿਲਾਵਾਂ ਤੋਂ 13 ਗ੍ਰਾਮ ਸੋਨੇ ਦੀ ਚੂੜੀ, 45,000 ਰੁਪਏ ਦੀ ਨਕਦੀ ਤੇ ਵਾਰਦਾਤ ਸਮੇਂ ਵਰਤੀ ਗਈ ਅਲਟੋ ਕਾਰ ਵੀ ਬਰਾਮਦ ਕੀਤੀ ਗਈ ਹੈ। ਇੱਥੇ ਲੇਡੀਜ਼ ਨੇ ਕਲਾਸ਼ ਰਾਣੀ ਨਾਂ ਦੀ ਲੇਡੀ ਦੀ ਚੂੜੀ ਕੱਟ ਲਈ ਸੀ, ਤੇ ਜਿਸ ਤੇ ਮੁਕੱਦਮਾ ਨੰਬਰ 65 ਮਿਤੀ 3/5/18 ਅੰਡਰ ਸੈਕਸ਼ਨ 387 ਵੀ ਥਾਣਾ ਫਤਿਹਗੜ੍ਹ ਸਾਹਿਬ ਕੇਸ ਰਜਿਸਟਰ ਕੀਤਾ, ਤੇ ਜਿਸ ਦੀ ਤਫਤੀਸ਼ ਦੇ ਵਿੱਚ ਸੀ ਇੰਚਾਰਜ ਨੂੰ ਨਾਲ ਇਨਵੋਲਵ ਕੀਤਾ ਗਿਆ, ਜਿਸ 'ਤੇ ਇੰਸਪੈਕਟਰ ਦਲਵੀਰ ਸਿੰਘ ਨੇ ਅਤੇ ਗੁਰਪ੍ਰੀਤ ਸਿੰਘ ਨੇ SHO ਫਤਿਹਗੜ੍ਹ ਸਾਹਿਬ ਨੇ ਇਨਵੈਸਟੀਗੇਟ ਕਰਕੇ ਜਿਹੜੀਆਂ 4 ਲੇਡੀਜ਼ ਨੇ ਗ੍ਰਿਫਤਾਰ ਕਰਨੀਆਂ, ਜਿਹਦੇ ਵਿੱਚ ਦਲੀਪ ਕੌਰ ਅਤੇ ਸੁਖਵਿੰਦਰ ਕੌਰ, ਜੋਗਿੰਦਰ ਕੌਰ ਬੱਚੀ ਅਤੇ ਸੁਰਜੀਤ ਕੌਰ ਜੀਤੋ, 2 ਬਾਗੜੀਆਂ ਦੀਆਂ ਨੇ, 1 ਸਮੁੰਦਗੜ੍ਹ ਛੰਨਾ ਦੀਆਂ ਅਤੇ 1 ਬਰਨਾਲੇ ਦੀਆਂ, ਇਹਨਾਂ ਨੂੰ ਗ੍ਰਿਫਤਾਰ ਕੀਤਾ। ਕੱਲ੍ਹ ਇੱਥੋਂ ਗੁਰਦੁਆਰਾ ਸਾਹਿਬ ਤੋਂ ਕੱਲ੍ਹ ਵੀ ਖੁਰਾਕ ਸੀਗੀਆਂ, ਅਤੇ ਜਿਸ ਤੋਂ ਇਹ ਵਾਰਦਾਤ ਟਰੇਸ ਹੋਈ ਆ, ਅਤੇ ਜਿਹੜੀ ਉਹ ਚੂੜੀ ਆ ਕੱਟੀ ਹੋਈ ਬਰਾਮਦ ਹੋ ਗਈ ਆ, ਅਤੇ ਇਹਨਾਂ ਨੇ ਤਰੀਕਾ ਵਾਰਦਾਤ ਇਹਨਾਂ ਦਾ ਇਹ ਸੀਗਾ ਭੀੜ ਕਰ ਲੈਂਦੀਆਂ, ਅਤੇ ਜਿਹੜੀ ਜੀਤੋ ਸੀਗੀ ਸੁਰਜੀਤ ਕੌਰ ਬਰਨਾਲੇ ਵਾਲੀ, ਇਹ ਮੇਨ ਐਕਟਿਵ ਰੋਲ ਅਦਾ ਕਰਦੀ ਸੀ, ਜਿਹੜੀ ਚੂੜੀ ਕੱਟਦੀ ਸੀ ਇਹਨੂੰ ਸਪੇਸ ਦਿੰਦੀਆਂ, ਚੂੜੀ ਕੱਟ ਕੇ ਪਹਿਲਾਂ ਹਟ ਜਾਂਦੀ, ਦੂਜੀਆਂ ਫਿਰ ਪਿੱਛੋਂ ਉੱਥੋਂ ਹਟ ਜਾਂਦੀ ਭੀੜ ਕਰਕੇ, ਜਾਂ ਉਹਨੂੰ ਗੱਲ ਲਾ ਲੈਂਦੀ। ਸੋ ਇਹਨਾਂ ਦਾ ਇਸ ਤਰ੍ਹਾਂ ਤਰੀਕੇ ਦਾ ਵਾਰਦਾਤ ਸੀ, ਅਤੇ ਇਸ 'ਤੇ ਇਹਨਾਂ ਦੀਆਂ 4 ਇਹ ਲੇਡੀਜ਼, 1 K10 ਆਲਟੋ ਇਹਨਾਂ ਦੀ ਗੱਡੀ PV19P06625 ਵੀ ਰਿਕਵਰ ਕਰ ਲਈ ਆ। ਇੱਕ ਜਿਹੜਾ ਡਰਾਈਵਰ ਹੈਗਾ ਇਹਦਾ ਦਲੀਪ ਕੌਰ ਦਲੀਪੋ ਦਾ, ਦੋਤਾ ਹੈਗਾ ਸ਼ੈਂਪੂ, ਉਹ ਗ੍ਰਿਫਤਾਰ ਕਰਨਾ ਬਾਕੀ ਆ, ਅਤੇ ਬਾਕੀ ਕੀ ਤਰੀਕੇ ਫਰਦਰ ਇਨਵੈਸਟੀਗੇਸ਼ਨ ਕਰਦੇ ਹਾਂ, ਅੱਜ ਪੇਸ਼ ਕਰਾਂਗੇ, ਪੇਸ਼ ਕਰਕੇ ਰਿਮਾਂਡ ਲਵਾਂਗੇ, ਰਿਮਾਂਡ ਦੇ ਵਿੱਚ ਜੋ ਵੀ ਪੁੱਛਗਿੱਛ ਦੌਰਾਨ ਜੋ ਆਇਆ ਉਹਦੇ ਮੁਤਾਬਕ ਅਗਲੀ ਕਾਰਵਾਈ।